ਜਦੋਂ ਅਸੀਂ ਆਪਦੇ ਹੱਕ ਮੰਗਦੇ ਹਾਂ ਉਦੋਂ ਸਾਨੂੰ ਇਹ ਵੱਖਵਾਦੀ ਅੱਤਵਾਦੀ ਕਹਿੰਦੇ ਆ। ਚੀਨ ਦੇ ਬਾਰਡਰ 'ਤੇ ਪਾਕਿਸਤਾਨ ਦੇ ਬਾਰਡਰ 'ਤੇ ਕੌਣ ਖੜੇ ਆ? ਆਹੀ ਮੁੰਡੇ ਪਿੰਡਾਂ 'ਚ ਜਾ ਕੇ ਕਹਿਣ ਲੱਗ ਜਾਣਗੇ ਵੀ ਤੂੰ ਜਨਾਨੀ ਸੀ ਓਏ, ਤੂੰ ਨਮਰਤ ਸੀ, ਤੁਸੀਂ ਚੂੜੀਆਂ ਪਾ ਲਓ, ਤੁਸੀਂ ਗਏ ਨਹੀਂ। ਜਦੋਂ ਉੱਥੇ ਗੋਲੀਆਂ ਚੱਲਦੀਆਂ ਸੀ, ਸਾਡੇ ਵੱਡ ਵਡੇਰਿਆਂ ਨੂੰ ਤੰਗ ਕਰ ਰਹੇ ਸੀ, ਸਾਡੀਆਂ ਜ਼ਮੀਨਾਂ ਖੋਹੀਆਂ ਜਾਂਦੀਆਂ ਸੀ। ਜੇ ਸਾਡੀ ਜ਼ਮੀਨ ਨਾ ਬਚੀ ਨਾ ਮੋਦੀ ਪਿੱਛੇ ਹਟਿਆ, ਤਾਂ ਅਸੀਂ 2022 'ਚ ਤੁਹਾਨੂੰ ਵੀ ਨਹੀਂ ਅਸੀਂ ਨੇੜੇ ਲੱਗਣ ਦਿੱਤਾ। ਉਹਨੂੰ ਉਹ ਕਹਿੰਦੀ ਹੈ ਨਾ ਵੀ ਮੈਂ 200 ਦੀ 200 ਰੁਪਇਆ ਦਿਹਾੜੀ 'ਤੇ ਲਿਆਉਂਦੇ ਹਾਂ, ਉਹਨੂੰ ਅਸੀਂ ਦਿੰਦੇ ਹਾਂ 1,00,000 ਰੁਪਇਆ ਆ ਜੇ ਧਰਨੇ 'ਚ। ਕੇਸ ਅਜੇ ਵੀ ਭੁਗਤ ਰਹੇ ਹਾਂ, ਜਿਹੜੇ ਅਸੀਂ ਆਪਦੇ ਭਰਾ ਵੀ ਯਾਰ ਜ਼ਮੀਨ ਪਿੱਛੇ ਮਾਰ ਦਿੱਤੇ ਸੀਗੇ, ਹੁਣ ਤੱਕ ਉਹ ਕੇਸ ਭੁਗਤ ਰਹੇ ਹਾਂ। ਅਸੀਂ ਮੋਦੀ ਵਰਗੇ ਨੂੰ ਜਾਂ ਅੰਬਾਨੀ ਵਰਗੇ ਨੂੰ ਜ਼ਮੀਨਾਂ ਕਿੱਥੋਂ ਦੇ ਦਿਆਂਗੇ? ਆਉਣ ਵਾਲੇ ਟਾਈਮ 'ਚ ਜੇ ਨਾ ਮੋਦੀ ਮੰਨਿਆ ਤਾਂ ਸੰਸਦ 'ਚ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਦਿੱਲੀ ਧਰਨੇ ਦੇ ਉੱਤੇ ਮਾਹੌਲ ਪੂਰਾ ਬਣਿਆ ਹੋਇਆ ਹੈਗਾ, ਪਰ ਗੱਲ ਹੁੰਦੀ ਹੈ ਏਕੇ ਦੀ, ਅਤੇ ਅਸੀਂ ਵੀ ਏਕੇ ਦੀ ਹੀ ਗੱਲ ਕਰਾਂਗੇ। ਸੋਸ਼ਲ ਮੀਡੀਆ 'ਤੇ ਬੜੇ ਬੜੇ ਸਟਾਰ ਆਏ, ਪਰ ਇੱਕ ਸਟਾਰ ਜੋ ਪਹਿਲੇ ਦਿਨਾਂ ਤੋਂ ਇਸ ਧਰਨੇ ਦੇ ਉੱਤੇ ਆ ਰਿਹਾ ਹੈਗਾ, ਲੱਖਾ ਸਿੰਘ ਸਧਾਣਾ ਦੇ ਨਾਲ ਵੀ ਦੇਖਿਆ, ਅਤੇ ਆਮ ਤੌਰ ਦੇ ਉੱਤੇ ਆਮ ਪਿੰਡਾਂ ਦੇ ਵਿੱਚ ਵੀ ਇਹਨਾਂ ਨੇ ਆਫ ਰਿਕਾਰਡ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਮੁੱਦੇ ਦੇ ਉੱਤੇ, ਅਤੇ ਲੋਕਾਂ ਨੂੰ ਲਾਮਬੰਦ ਕੀਤਾ ਦਿੱਲੀ ਚੱਲਣ ਦੇ ਲਈ। ਸਾਡੀ ਅਕਸਰ ਇਹਨਾਂ ਦੇ ਨਾਲ ਇਹ ਮੁੱਦੇ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ। ਅੱਜ ਗੱਲਬਾਤ ਕਰਾਂਗੇ ਜਗਦੀਪ ਰੰਧਾਵਾ ਦੇ ਨਾਲ, ਅੱਗੇ ਵੀ ਅਸੀਂ ਬੜੀਆਂ ਮੁਲਾਕਾਤਾਂ ਕਰੀਆਂ। ਰੰਧਾਵੇ ਬਾਈ, ਸਤਿ ਸ਼੍ਰੀ ਅਕਾਲ। ਹਾਂ ਬਾਈ, ਸਤਿ ਸ਼੍ਰੀ ਅਕਾਲ, ਤੇਰਾ ਵੀ ਬਹੁਤ ਧੰਨਵਾਦ ਆ। ਆਪਾਂ ਜੂਨ ਦੇ ਫਿਰਦੇ ਹਾਂ, ਜਦੋਂ ਪਹਿਲੀ ਵਾਰ ਅਸੀਂ ਉਹ ਬੋਰਡ ਚੱਕ ਕੇ ਸ਼ਾਂਤਮਈ ਸੜਕ ਘੇਰੀ ਸੀ, ਤੁਹਾਡੇ ਯਾਦ ਹੀ ਹੋਊ, ਇਹ ਤੋਂ ਬਾਅਦ MLA ਨੂੰ ਵੀ ਮੰਗ ਪੱਤਰ ਦਿੱਤੇ ਸੀਗੇ, ਅਤੇ ਤੁਸੀਂ ਕਿਸਾਨਾਂ ਸਾਥ ਦਿੱਤਾ, ਦਿੱਲੀ ਪਹੁੰਚੇ, ਤੁਹਾਡਾ ਧੰਨਵਾਦ ਆ। ਜੀ 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 ਭਾਈ, ਲੋਕਾਂ ਦੀ ਲਾਮਬੰਦੀ ਕੀਤੀ ਹੈ, ਪਹਿਲਾਂ ਤਾਂ ਉਹਦੇ ਬਾਰੇ ਦੱਸੋ, ਜਿਹੜੀ ਘਰ ਘਰ ਜਾ ਕੇ ਕੀਤੀ ਸੀ ਲਾਮਬੰਦੀ? ਬਾਈ, ਅਸੀਂ ਕੋਈ ਜ਼ਿਲ੍ਹਾ ਨਹੀਂ ਛੱਡਿਆ, ਪਿੰਡਾਂ 'ਚ ਵੀ ਅਸੀਂ ਦੂਰ ਤੱਕ ਗਏ ਹਾਂ। ਬਾਈ ਕਾਮਰ ਗਰੇਵਾਲ ਹੁੰਦਾ ਸੀ, ਹਰਫ ਚੀਮਾ ਹੁੰਦਾ ਸੀਗਾ, ਬਾਈ ਲੱਖਾ ਸਧਾਣਾ ਹੁੰਦਾ ਸੀ, ਅਸੀਂ 7-8 ਬੰਦੇ ਸੀਗੇ ਜਿਹੜੇ ਅਸੀਂ ਟਿਕੇ ਨਹੀਂ, ਰੋਜ਼ ਕਿਤੇ ਨਾ ਕਿਤੇ ਜਾਂਦੇ ਸੀ, ਰਾਤ ਨੂੰ 12-12 1-1 ਵਜੇ ਵੜਦੇ ਸੀਗੇ। ਉਦੋਂ ਸਾਨੂੰ ਲੱਗਦਾ ਨਹੀਂ ਸੀ ਵੀ ਯਾਰ ਐਡਾ ਵੱਡਾ ਇਕੱਠ ਹੋ ਜੂਗਾ, ਸਿਰਫ ਅਸੀਂ ਜਾ ਆਉਂਦੇ ਸੀ, ਬੋਲ ਕੇ ਆ ਜਾਂਦੇ ਸੀਗੇ। ਕਿਹੜਾ ਇੱਕ ਦਿਨ ਦੀ ਗੱਲ ਆ, ਅਸੀਂ ਮੁਕਤਸਰ ਵਾਗੇ, ਉੱਥੇ 9 ਬੰਦਿਆਂ 'ਤੇ 1.5 ਘੰਟਾ ਬੋਲ ਕੇ ਆਏ ਸਾਰੇ ਬੰਦੇ। ਹਾਂ, ਲੱਗਦਾ ਨਹੀਂ ਸੀ ਵੀ ਯਾਰ ਐਡਾ ਵੱਡਾ ਇਕੱਠ ਹੋ ਜੂ, ਪਰ ਆ ਤਾਂ ਪੰਜਾਬੀਆਂ ਨੇ ਨਜ਼ਾਰੇ ਵੱਜੇ ਗਏ। ਪਤਾ ਕੀ ਚੱਕਰਾ, ਪੰਜਾਬੀਆਂ ਨੂੰ ਪਤਾ ਲੱਗ ਗਿਆ, ਸਾਰਿਆਂ ਨੂੰ ਇਕੱਲੇ ਇਕੱਲੇ ਦੇ ਗੱਲ ਦਿਮਾਗ 'ਚ ਵੱਗ ਗਈ ਵੀ ਜਦੋਂ ਸਾਡੇ ਪਹਿਲੇ ਜ਼ਮੀਨਾਂ ਨਾ ਰਹੀਆਂ, ਸਾਡੇ ਪਹਿਲੇ ਰਹਿ ਕੀ ਜਾਊ, ਕਿਉਂਕਿ ਅਸੀਂ ਤਾਂ ਸਾਡੇ ਅਸੀਂ ਤਾਂ ਉਹ ਕੇਸ ਅਜੇ ਵੀ ਭੁਗਤ ਰਹੇ ਹਾਂ, ਜਿਹੜੇ ਅਸੀਂ ਆਪਦੇ ਭਰਾ ਵੀ ਯਾਰ ਜ਼ਮੀਨ ਪਿੱਛੇ ਮਾਰ ਦਿੱਤੇ ਸੀਗੇ, ਹੁਣ ਤੱਕ ਉਹ ਕੇਸ ਭੁਗਤ ਰਹੇ ਹਾਂ। ਅਸੀਂ ਮੋਦੀ ਵਰਗੇ ਨੂੰ ਜਾਂ ਅੰਬਾਨੀ ਵਰਗੇ ਨੂੰ ਜ਼ਮੀਨਾਂ ਕਿੱਥੋਂ ਦੇ ਦਿਆਂਗੇ? ਬਾਈ ਜੀ, MLA ਆਏ ਨੇ ਇੱਕ ਹਰਿਆਣੇ ਦੇ ਅਸਤੀਫਾ ਦੇ ਕੇ, ਪੰਜਾਬ ਦੇ MLA ਨੂੰ ਕੀ ਕਹਿਣਾ ਚਾਹੋਗੇ? ਅੱਗੇ ਵੀ ਤੁਸੀਂ ਬੜਾ ਕਹਿੰਦੇ ਰਹਿੰਦੇ ਹੋ ਪੋਲੀਟੀਕਲ ਲੀਡਰਾਂ ਨੂੰ, ਪਾਰਟੀਆਂ ਨੂੰ ਕੀ ਕਹਿਣਾ ਚਾਹੋਗੇ? ਬਾਈ, ਪੰਜਾਬ ਦੇ ਸਾਰੇ MLA ਨੂੰ, ਸਾਰੀਆਂ ਪਾਰਟੀਆਂ ਨੂੰ ਕਹਿੰਦੇ ਆ ਵੀ ਅਸਤੀਫਾ ਦੇ ਦਿਓ, ਹੋਣ ਦਾ ਸਵਾਲ ਆ। ਜੇ ਸਾਡੀ ਜ਼ਮੀਨ ਨਾ ਬਚੀ ਨਾ ਮੋਦੀ ਪਿੱਛੇ ਹਟਿਆ, ਤਾਂ ਅਸੀਂ 2022 'ਚ ਤੁਹਾਨੂੰ ਵੀ ਨਹੀਂ ਅਸੀਂ ਨੇੜੇ ਲੱਗਣ ਦਿੱਤਾ। ਠੀਕ ਆ, ਜਦੋਂ ਅਸੀਂ ਸੈਂਟਰ ਵਾਲਿਆਂ ਨੂੰ ਨਹੀਂ ਦਿਵਾਲਾ, ਤੁਹਾਨੂੰ ਕੀ ਦਿਵਾਲਾ? 2022 'ਚ ਅਸੀਂ ਕਿਸੇ ਬੰਦੇ ਨੂੰ ਵੋਟ ਨਹੀਂ ਪਾਉਣੀ, ਨਾ ਪਿੰਡਾਂ 'ਚ ਵੜ ਦੇਣਾ। ਜੀ 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 ਹੁਣ ਜਿਹੜੀ ਕੱਲ੍ਹ ਮੀਟਿੰਗ ਹੋਈ ਆ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨਿਰਾਸ਼ ਹੋਏ ਆ, ਹੱਥ ਨਹੀਂ ਵੀ ਦੇਖਿਆ, ਪਰ ਜੋਸ਼ ਉੱਦਾਂ ਹੀ ਬਰਕਰਾਰ ਆ, ਜੋਸ਼ ਜਵਾਨੀ ਦੇ ਵਿੱਚ ਪੂਰਾ ਗਾ, ਬਜ਼ੁਰਗਾਂ ਦੇ ਵਿੱਚ ਵੀ ਪੂਰਾ, ਬਜ਼ੁਰਗ ਕਈ ਇਹ ਵੀ ਕਹਿੰਦਾ ਇਸ ਤਾਂ ਬਈ ਮੁੜ ਤੋਂ ਜਵਾਨ ਹੋ ਗਏ, ਇਹ ਚੀਜ਼ ਦੇਖ ਕੇ ਵੀ ਬਾਰਡਰ ਨੂੰ ਪੰਜਾਬ ਬਣਾਤਾ। ਹਾਂ ਹਾਂ, ਮੇਰੇ ਅੰਦਰੋਂ ਤਾਂ ਡਰੇ ਬੈਠੇ ਆ, ਦਿੱਲੀ ਦੇ ਅਸੀਂ ਦਿਲ 'ਤੇ ਬੈਠੇ ਹਾਂ। ਅੱਜ 90 ਰੁਪਏ ਆਲੂ ਹੋ ਗਏ, 150 ਰੁਪਏ ਦੁੱਧ ਹੋ ਗਿਆ, ਬੁਰੀ ਹਾਲਤ ਹੋਈ ਪਈ ਦਿੱਲੀ ਦੀ, ਉਹਦਾ ਬਸਰ ਮੁੰਦੇ ਇੱਕ ਮੰਨਦੇ ਨਹੀਂ, ਅੰਦਰੋਂ ਡਰੇ ਹੋਏ ਆ ਵੀ ਨਾ ਤਾਂ ਇਹ ਜਾਣ, 6-6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, ਹੋਰ ਆ ਰਹੇ ਆ, ਸਾਰੇ ਦੇਸ਼ 'ਚੋਂ ਕਿਸਾਨ ਤੁਰ ਪਏ, ਵਰਲਡ ਲੈਵਲ ਦੀ ਮੁਹਿੰਮ ਬਣ ਚੁੱਕੀ ਆ, ਕੈਨੇਡਾ, ਅਮਰੀਕਾ, ਇੰਗਲੈਂਡ। ਅੱਜ ਸਾਡੇ ਭਰਾਵਾਂ ਨੇ ਅਮਰੀਕਾ 'ਚ ਬਹੁਤ ਵੱਡੀ ਰੈਲੀ ਕੱਢੀ ਆ, ਉੱਥੇ ਵੀ ਸੰਸਦ ਹਿਲਾ ਕੇ ਰੱਖਤੀ, ਅਤੇ ਅਸੀਂ ਇਹਨੂੰ ਮੋਦੀ ਨੂੰ ਘੇਰ ਕੇ ਛੱਡਾਂਗੇ, ਆਉਣ ਵਾਲੇ ਟਾਈਮ 'ਚ ਜੇ ਨਾ ਮੋਦੀ ਮੰਨਿਆ ਤਾਂ ਸੰਸਦ 'ਚ ਜਾਵਾਂਗੇ। ਜੀ, ਇੱਕ ਬਾਈ ਖਾਸ ਗੱਲ ਇੱਕ ਹੋਰ ਨਿਕਲ ਕੇ ਆਉਂਦੀ ਆ, ਆਪਾਂ ਵੀ ਇੰਟਰਵਿਊਸ ਕਰਦੇ ਹਾਂ, ਕੱਲ੍ਹ ਵੀ ਲੱਖੇ ਬਾਈ ਨਾਲ ਕਰੀ, ਦੀਪ ਬਾਈ ਨਾਲ ਕਰੀ, ਹੋਰ ਵੀ ਜਥੇਬੰਦੀਆਂ ਨਾਲ ਵੀ ਕਰਦੇ, ਕਿਹੜੇ ਫੇਸਬੁੱਕ ਦੇ ਵਿਦਵਾਨ ਬੈਠੇ ਹੁਣ ਤਾਂ ਸਾਨੂੰ ਪੱਤਰਕਾਰਾਂ ਨੂੰ ਵੀ ਤੰਗ ਕਰਨ ਲੱਗੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਤੁਹਾਡਾ ਦਬਾਅ ਪੈਂਦੀ ਰਹਿੰਦਾ। ਚਲੋ ਬਾਈ, ਜਿਹੜੇ ਫੇਸਬੁੱਕ ਦੇ ਵਿਦਵਾਨ ਆ ਨਾ, ਉਹ ਤਾਂ ਜਿਵੇਂ ਖੱਚਰ ਦੇ ਨਹੀਂ ਪਾਸੇ ਖੋਪੇ ਚੜਾਏ ਹੁੰਦੇ, ਉਹਨਾਂ ਖੋਪੇ ਚੜਾ ਲਓ ਜਿਹੜਾ ਮਰਜ਼ੀ ਬੰਦਾ, ਉਹਨਾਂ ਦੇ ਕਮੈਂਟਾਂ ਕੰਨੀ ਨਾ ਦੇਖੋ, ਉਹ ਤਾਂ ਜਿੱਦੇ ਘਰੇ ਲੜ ਪੈਂਦੇ ਉਹਦੇ ਗਲਤ ਕਮੈਂਟ ਕਰ ਦਿੰਦੇ, ਜਿਹਦੇ ਘਰੇ ਸਹੀ ਮਾਹੌਲ ਹੋਵੇ ਸਹੀ ਕਰ ਦਿੰਦੇ ਆ, ਉਹਨਾਂ ਨਾਲ ਕੋਈ ਸਿਸਟਮ ਨਹੀਂ ਗਾ। ਜਿਹੜੇ ਬੰਦੇ ਗਰਾਊਂਡ 'ਤੇ ਲੜ ਰਹੇ ਆ, ਜਿਹੜੇ ਇੱਥੇ ਆ ਰਹੇ ਆ, ਜਿੰਨੇ ਇੱਥੇ ਪੰਜਾਬੀ ਆਏ ਆ, ਮੈਂ ਹੱਥ ਜੋੜ ਕੇ ਨਾ ਧੰਨਵਾਦ ਕਰਦਾ, ਜਿਹੜੇ ਘਰਾਂ 'ਚ ਹਜੇ ਹੀ ਬੈਠੇ ਆ ਉਹਨਾਂ ਨੂੰ ਮੈਂ ਜਨਾਨੀ ਕਰਾਰ ਦੇਊਂਗਾ। ਇਹ ਇਤਿਹਾਸ ਲਿਖਿਆ ਜਾ ਰਿਹਾ, ਜਿਹੜਾ ਬੰਦਾ ਇਹ ਇਤਿਹਾਸ 'ਚ ਨਹੀਂ ਸ਼ਾਮਲ ਹੋਊਗਾ, ਅਤੇ ਆਉਣ ਵਾਲੀਆਂ ਪੀੜ੍ਹੀਆਂ ਨੇ, ਨਸਲਾਂ ਨੇ ਤੁਹਾਨੂੰ ਬਖਸ਼ਣਾ ਨਹੀਂ। ਆਹੀ ਮੁੰਡੇ ਪਿੰਡਾਂ 'ਚ ਜਾ ਕੇ
ਕੇ ਕਹਿਣ ਲੱਗ ਜਾਣਗੇ ਵੀ ਤੂੰ ਜਨਾਨੀ ਸੀ ਓਏ, ਤੂੰ ਨਮਰਤ ਸੀ, ਤੁਸੀਂ ਚੂੜੀਆਂ ਪਾ ਲਓ, ਤੁਸੀਂ ਗਏ ਨਹੀਂ। ਜਦੋਂ ਉੱਥੇ ਗੋਲੀਆਂ ਚੱਲਦੀਆਂ ਸੀ, ਸਾਡੇ ਵੱਡ ਵਡੇਰਿਆਂ ਨੂੰ ਤੰਗ ਕਰ ਰਹੇ ਸੀ, ਸਾਡੀਆਂ ਜ਼ਮੀਨਾਂ ਖੋਹੀਆਂ ਜਾਂਦੀਆਂ ਸੀ, ਤੁਸੀਂ ਉਦੋਂ ਗਏ ਨਹੀਂ ਉੱਥੇ। ਜਿਹੜਾ ਯੂਥ ਆ, ਯੂਥ ਹੁਣ ਇੱਥੇ ਵੀ ਕਿੰਨਾ ਖੜਾ ਹੈਗਾ ਤੁਹਾਡੇ ਨਾਲ, ਜਾਂ ਬਾਕੀ ਯੂਥ ਆ ਤੁਹਾਡੇ ਨਾਲ, ਤੁਸੀਂ ਵਿਚਰਦੇ ਰਹਿੰਦੇ ਹੋ ਯੂਥ ਦੇ ਨਾਲ, ਉਹਨਾਂ ਨੂੰ ਕਿਵੇਂ ਬੰਨ ਰਹੇ ਹੋ? ਕਿਉਂਕਿ ਕਈ ਵਾਰੀ ਇਹ ਹੋ ਜਾਂਦਾ ਜੋਸ਼ ਦੇ ਵਿੱਚ ਹੋਸ਼ ਖੋ ਪੈਂਦਾ ਗਾ, ਜਾਂ ਐਂ ਹੋਣ ਲੱਗ ਜਾਂਦਾ ਯਾਰ ਇੰਨੇ ਦਿਨ ਹੋ ਗਏ ਕੀ ਕਰਾਂਗੇ। ਕਈ ਕਹਿ ਰਹੇ ਸੀ ਮੁੰਡੇ ਯਾਰ, ਚਲੋ ਦੋ ਤਿੰਨ ਸਾਨੂੰ ਪਿੱਛੇ ਮਿਲੇ ਸੀ, ਉਹਨਾਂ ਨੂੰ ਸਮਝਾ ਕੇ ਨਹੀਂ ਬਈ ਨਹੀਂ ਜਾਣਾ, ਨਹੀਂ ਜਾਣਾ, ਸਬਰ ਦਾ ਫਲ ਮਿੱਠਾ ਹੁੰਦਾ। ਯੂਥ ਦਾ ਬਾਹਲਾ ਸਿਆਣਾ ਇਹਨਾਂ, ਪੁੱਛ ਲਓ ਬਾਈ ਤੁਸੀਂ ਕੋਈ ਹੁੱਲੜਬਾਜ਼ੀ ਕਰ ਰਹੇ ਹੋ? ਕੋਈ ਧਰਨਾ ਖਰਾਬ ਕਰ ਰਹੇ ਹਾਂ? ਆਹ ਲਾਲਾ ਇਹਨਾਂ ਨਾਲ ਮੈਕ ਤੇ ਪੁੱਛ ਲਾ, ਗੋਦੀ ਮੀਡੀਆ ਕਹਿ ਰਹੇ ਇਹ ਅੱਤਵਾਦੀ ਆ, ਇਹ ਉਹ ਆ, ਇਹ ਜਾ, ਇਹ ਅੱਤਵਾਦੀ ਦਿੰਦੇ ਆ, ਇਹ ਆਪਦੇ ਹੱਕ ਲੈਣ ਆਇਆ, ਕਿਸਾਨ ਆ ਇਹ, ਉਹਦਾ ਜਾਣ ਕੇ ਯਾਰ ਹੁਣ ਕਹਿ ਰਹੇ ਆ ਗਏ ਵੀ ਇਹ ਇੱਥੋਂ ਤੁਰ ਜਾਣਾ, ਇੰਨਾ ਸੰਘਰਸ਼ ਫੇਲ ਕਰ ਦਈਏ। ਆਹ ਜਿੰਨੇ ਮਰਜ਼ੀ ਆ ਜਿੰਨੇ ਮੁੰਡੇ ਆ ਬਾਈ, ਜੇ ਲੱਖਾਂ ਨਹੀਂ ਬੋਲਿਆ ਕੋਈ ਗੱਲ ਨਹੀਂ ਗਾ, ਨਹੀਂ ਬੋਲਿਆ ਤਾਂ ਕੋਈ ਚੱਕਰ ਨਹੀਂ। ਇਹ ਮੁੰਡੇ ਵੀ ਮੈਨੂੰ ਬਹੁਤ ਕਮੈਂਟ ਮੈਸੇਜ ਕਰਦੇ ਰਹਿੰਦੇ ਆ ਵੀ ਬਾਈ ਲੱਖਾਂ ਨਹੀਂ ਬੋਲਦਾ, ਲੱਖਾਂ ਨਹੀਂ ਬੋਲਦਾ। ਮੈਂ ਵੀ ਤੁਹਾਨੂੰ ਸਾਰੇ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਬਾਈ ਕੋਈ ਚੱਕਰ ਨਹੀਂ, ਜੇ ਨਹੀਂ ਲੱਖਾਂ ਬੋਲਦਾ ਪੱਲੀ 'ਤੇ ਬੈਠੇ ਆ, ਕੋਈ ਗੱਲ ਨਹੀਂ ਯਾਰ। ਅੱਜ ਆਪਾਂ ਇਕੱਠੇ ਰਹਿਣਾ ਗਾ, ਜਦੋਂ ਦਿੱਲੀ ਤੋਂ ਇੱਧਰ ਲੰਘਿਆ ਏ, ਦਿੱਲੀ ਵਾਲਾ ਬਾਰਡਰ ਇੱਧਰ ਨੂੰ ਪਾਰ ਕਰਕੇ, ਮੈਂ ਨਹੀਂ ਕਹਿੰਦਾ ਗਾ ਵੀ ਆਪਾਂ ਇੱਕ ਦੂਜੇ ਨਾਲ ਲੜ ਪਈਏ, ਕਿਉਂਕਿ ਲੜਾਈ ਵੱਡੀ ਆ, ਲੰਬੀ ਆ। ਜਦੋਂ ਕਿਸੇ ਨਾਲ ਵੀ ਧੱਕਾ ਹੁੰਦਾ ਗਾ, ਪੰਜਾਬੀ ਹਮੇਸ਼ਾ ਬੋਲਦੇ ਆ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ। ਕੰਗਣਾ ਰਣਾਵਤ ਦੇ ਨਾਲ ਧੱਕਾ ਹੋਇਆ, ਪੰਜਾਬੀ ਪੂਰੇ ਬੋਲੇ, ਪੰਜਾਬੀਆਂ ਨੇ ਪੂਰਾ ਸਟੈਂਡ ਲਿਆ, ਕਲਾਕਾਰਾਂ ਨੇ ਵੀ ਪੂਰਾ ਸਟੈਂਡ ਲਿਆ, ਪੋਸਟਾਂ ਪਾਈਆਂ ਟਵਿੱਟਰ 'ਤੇ। ਹੁਣ ਪਰ ਜਦੋਂ ਅਸੀਂ ਇੱਥੇ ਬੈਠੇ ਹਾਂ ਤਾਂ ਸਾਡੇ ਬਜ਼ੁਰਗ ਮਾਤਾਵਾਂ ਨੂੰ ਉਹ ਕਿਹੋ ਜਿਹੇ ਕਮੈਂਟ ਕਰ ਰਹੀ ਆ? ਉਹ ਯਾਰ ਚਾਵਲਾ, ਉਹ ਚਾਵਲ ਜਨਾਨੀ ਆ, ਉਹਦੇ ਪੱਲੇ ਕੀ ਆ? ਉਹ ਟਕੇ ਦੀ ਜਨਾਨੀ ਸਾਡੀਆਂ ਮਾਵਾਂ ਭੈਣਾਂ ਨੂੰ ਇਹ ਕਹਿੰਦੀ ਆ, ਮਾਵਾਂ ਭੈਣਾਂ ਸਾਡੀਆਂ ਠੰਡ 'ਚ ਮਰ ਰਹੀਆਂ ਹੈਗੀਆਂ, ਉਹ ਉਹਨੂੰ ਉਹ ਕਹਿੰਦੀ ਆ ਨਾ ਵੀ ਮੈਂ 200 ਦੀ 200 ਰੁਪਏ ਦਿਹਾੜੀ 'ਤੇ ਲਿਆਉਂਦੇ ਹਾਂ, ਉਹਨੂੰ ਅਸੀਂ ਦਿੰਦੇ ਹਾਂ 1,00,000 ਰੁਪਇਆ ਆ ਜਾਏ ਧਰਨੇ 'ਚ। ਉਹ ਬੇਵਕੂਫ ਜਨਾਨੀ ਆ ਉਹਦੀ, ਅਸੀਂ ਉਹ ਮਾਤਾ ਆਪਣੇ ਜ਼ਿਲ੍ਹੇ ਦੀ ਬਾਈ, ਤੁਹਾਨੂੰ ਤਾਂ ਪਤਾ ਹੋਊ ਮਾਤਾ ਮਹਿੰਦਰ, ਹਾਂ ਜਿਹੜੀ ਝੰਡਾ ਲਈ ਉਹਦੇ ਕੋਡੀ ਹੋਈ ਵੀ, ਹਾਂ ਯਾਰ ਇਹੋ ਜਿਹੀਆਂ ਚਾਵਲ ਜਨਾਨੀਆਂ ਸਾਨੂੰ ਕੋਈ ਅਸਰ ਨਹੀਂ। ਹੋਰ 10 ਬੋਲ ਲੈਣੇ ਤਾਂ ਸਾਡਾ ਸੰਘਰਸ਼ ਫੇਲ ਕਰਨ ਨੂੰ ਫਿਰਦੇ ਆ, ਬੀਜੇਪੀ ਦੀ ਚਮਚੀ ਆ ਇਹ। ਜੀ ਇੱਕ ਬਾਈ ਜਿਹੜੇ ਲੰਗਰ ਚੱਲ ਰਿਹਾ, ਕੱਲ੍ਹ ਵੀ ਇੱਕ ਬਾਈ ਨੇ ਚਾਰ ਕੁਇੰਟਲ ਇੱਥੇ ਬਦਾਮ ਮੰਡ ਤੇ, ਹੋਰ ਬੜੇ ਬੜੇ ਲੰਗਰ ਚੱਲ ਰਹੇ ਆ ਇੱਥੇ। ਤੁਸੀਂ ਲੋਕਾਂ ਨੂੰ ਵੀ ਇਹ ਦੱਸ ਦਿਓ, ਜਿਹੜੇ ਹੋਰ ਸੂਬਿਆਂ ਦੇ ਵਿੱਚ ਰਹਿੰਦੇ ਆ, ਸਟੇਟਾਂ ਦੇ ਵਿੱਚ ਰਹਿੰਦੇ ਆ, ਵੀ ਜਿਹੜੀ ਸਿੱਖ ਕੌਮ ਆ ਜਾਂ ਪੰਜਾਬੀ ਆ, ਉਹ ਕੀ ਸੰਦੇਸ਼ ਦੇ ਰਹੇ ਆ? ਬਾਈ 18 ਵਾਰੀ ਦਿੱਲੀ ਜਿੱਤ ਕੇ ਛੱਡੀ ਆ, 19 ਵਾਰੀ ਜਿੱਤਣ ਨੂੰ ਤਿਆਰ ਆ, ਸਾਰੀ ਦੁਨੀਆ 'ਤੇ ਮਿਸਾਲ ਖੜੀ ਕਰਤੀ ਖਾਲਸਾ ਐਡ ਰਵੀ ਨੇ, ਇਰਾਕ 'ਚ ਜਾ ਕੇ ਅੱਤਵਾਦ 'ਚ ਲੰਗਰ ਲਾਏ ਹੋਏ ਆ, ਅਤੇ ਸਾਨੂੰ ਦਿੱਲੀ ਰਜਾਉਣੀ ਕੀ ਔਖੀ ਆ? ਲੱਖ ਭਈਆ ਤਾਂ ਆਸੇ ਪਾਸੋਂ ਸਾਡੇ ਊਂ ਰੋਟੀ ਖਾ ਜਾਂਦਾ ਗਾ, ਯਾਰ ਲੰਗਰ ਲਾਉਣ 'ਚ ਤਾਂ ਅਸੀਂ ਪਿੱਛੇ ਹਟਦੇ ਹੀ ਨਹੀਂ। ਬਦਾਮਾਂ ਦਾ ਲੰਗਰ, ਕੋਈ ਕੌਮ ਲਾ ਦੂ ਬਦਾਮਾਂ ਲੰਗਰ, ਬਦਾਮਾਂ ਦਾ ਲੰਗਰ ਲਾਇਆ ਪੰਜਾਬੀਆਂ ਨੇ। ਹੁਣ ਇਹ ਕੁਛ ਮਰਜ਼ੀ ਕਹੀ ਜਾਣ, ਸਾਨੂੰ ਵੱਖਵਾਦੀ ਕਹੀ ਜਾਣ, ਅੱਤਵਾਦੀ ਕਹੀ ਜਾਣ, ਜਦੋਂ ਅਸੀਂ ਆਪਦੇ ਹੱਕ ਮੰਗਦੇ ਹਾਂ ਉਦੋਂ ਸਾਨੂੰ ਇਹ ਵੱਖਵਾਦੀ ਅੱਤਵਾਦੀ ਕਹਿੰਦੇ ਆ। ਚੀਨ ਦੇ ਬਾਰਡਰ 'ਤੇ, ਪਾਕਿਸਤਾਨ ਦੇ ਬਾਰਡਰ 'ਤੇ ਕੌਣ ਖੜ੍ਹੇ ਆ? ਸਾਡੀ ਜਵਾਨ ਖੜ੍ਹੇ ਆ, ਇਹਨਾਂ ਦਾ ਕੌਣ ਖੜ੍ਹਾ ਹੈਗਾ? ਸਾਡੀ ਜਵਾਨ ਖੜ੍ਹੇ ਆ ਨਾ, ਇਹ ਫਿਰ ਵੀ ਸਾਨੂੰ ਵੱਖਵਾਦੀ ਅੱਤਵਾਦੀ ਕਹਿੰਦੇ ਆ। ਪਰ ਇਹ ਕਿਸਾਨ ਨਿਰੋਲ ਨੇ, ਸਾਰੇ ਦੇਸ਼ ਦੇ ਕਿਸਾਨ ਨੇ, ਇਹ ਹਰਿਆਣੇ ਦੇ ਨੇ, ਬੰਗਾਲ ਤੋਂ ਵੀ ਚੱਲ ਪਿਆ ਅੱਜ, ਉੱਤਰ ਪ੍ਰਦੇਸ਼ ਦੇ ਨੇ, ਇਹ ਸਾਨੂੰ ਜਾਣ ਕੇ ਕਹਿੰਦੇ ਆ ਤਾਂ ਕਿ ਇਹਨਾਂ ਦਾ ਧਰਨਾ ਖਰਾਬ ਹੋ ਜਾਵੇ, ਪਰ ਹੁਣ ਅਸੀਂ ਪਿੱਛੇ ਮੁੜਨ ਵਾਲੇ ਨਹੀਂ। ਜੀ ਇੱਕ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਪਿਛਲੇ ਦਿਨ ਬਿਆਨ ਦਿੱਤਾ, ਤੁਸੀਂ ਸੁਣਿਆ ਹੋਊ ਵੀ ਇੱਥੇ ਤਾਂ ਪੰਜਾਬ ਦੇ ਕਿਸਾਨ ਹਰਿਆਣੇ ਦੀ ਕਿਸਾਨ ਨਹੀਂ, ਹਾਲਾਂਕਿ ਉਦੋਂ ਬਾਅਦ ਕਿਸਾਨ ਹਰਿਆਣੇ ਦੇ ਕਿਸਾਨਾਂ ਨੇ ਪੁਤਲੇ ਵੀ ਫੂਕੇ, ਬੜਾ ਪ੍ਰੋਟੈਸਟ ਹੋਇਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹ ਤਾਂ ਯਾਰ ਇਹਨਾਂ ਨੂੰ ਆਏ ਆ ਵੀ ਇਕੱਲੇ ਪੰਜਾਬ ਦਾ ਇਹ ਬਣਾ ਕੇ ਨਾ ਧਰਨਾ ਫੇਲ ਕਰ ਦਈਏ, ਵੀ ਇਹ ਤਾਂ ਇਕੱਲਾ ਪੰਜਾਬ ਟੱਪਦਾ, ਵੀ ਬਾਕੀ ਦੂਜਿਆਂ ਦਾ ਕਾਨੂੰਨ ਇਹ ਸਹੀ ਲੱਗਦੇ ਆ। ਚੱਲ ਮੇਰੇ ਨਾਲ ਹਰਿਆਣੇ ਉਹ ਪਿੱਛੇ ਲਾਸਟ 'ਤੇ ਜਾ ਕੇ 15-20 ਕਿਲੋਮੀਟਰ ਵਾਟ 'ਤੇ ਜਾ ਕੇ ਪਿੱਛੇ ਸਾਰੇ ਪੂਰੀਆਂ ਦੇ ਲੰਗਰ ਉਹਨਾਂ ਦੀ ਚੱਲ ਰਹੇ ਆ, ਸਾਰਾ ਸਿਸਟਮ ਉਹਨਾਂ ਦਾ ਸਾਂਭਿਆ ਪਿਆ, ਬੈਰੀਗੇਡ ਸਾਡੇ ਨਾਲ ਉਹਨਾਂ ਨੇ ਚੜਾਇਆ ਹਰਿਆਣੇ ਦੇ ਨੇ। ਇਹਦਾ ਖੱਟਰ ਖੋਟਰੋਂ ਵੀ ਭਗਾਈ ਮਾਰੀ ਦਾ, ਇਹਨਾਂ ਦੀ ਕਿਸੇ ਨੇ ਨਹੀਂ ਸੁਣਨੀ ਹੁਣ ਇਸ ਟਾਈਮ, ਇਹ ਲੋਕ ਰੋ ਐਡਾ ਬਣ ਚੁੱਕਾ ਹੈਗਾ। ਜੀ ਜਿਹੜੇ ਪੰਜਾਬ ਦੇ ਆਪਣੇ ਲੀਡਰ ਆ, ਕੱਲ੍ਹ ਇੱਥੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਆਈ, ਉਹਦਾ ਵੀ ਵਿਰੋਧ ਹੋਇਆ, ਦਿੱਲੀ ਤੋਂ ਵਿਧਾਇਕ ਸੀਗੇ, ਤੁਸੀਂ ਆਮ ਆਦਮੀ ਪਾਰਟੀ ਬਾਰੇ ਕੀ ਕਹਿਣਾ ਚਾਹੋਗੇ? ਆਮ ਆਦਮੀ ਪਾਰਟੀ ਦਾ ਅੱਜ ਖਬਰ ਆਈ ਜਾਂਦੀ ਆ, ਤੂੰ ਵੀ ਦੇਖੀ ਹੋਣੀ ਆ, ਕਹਿੰਦਾ ਕੇਜਰੀਵਾਲ ਨੇ ਕਾਨੂੰਨ ਲਾਗੂ ਕਰਤੇ। ਇਹ ਕੋਈ ਨਹੀਂ ਸਾਡਾ ਬਣਦਾ, ਜਿੰਨੇ ਲੀਡਰ ਆ ਸਾਰੇ ਸਾਡੇ ਉਲਟਾ, ਇਹਨਾਂ ਨੂੰ ਤਾਂ ਹੁਣ ਅੱਗ ਲੱਗੀ ਪਈ ਆ, 2-3 ਪਾਰਟੀਆਂ ਨੂੰ ਵੀ ਇਹਨਾਂ ਦਾ ਸੰਘਰਸ਼ ਫੇਲ ਹੋ ਜਾਏ, ਵਧੀਆ ਗੱਲ ਆ ਨਹੀਂ, 22 'ਚ ਕੋਈ ਹੋਰ ਬੰਦੇ ਨਾਲ ਲੀਡਰ ਆ ਜਾਣਾ ਇੱਥੇ, ਇਹਨਾਂ ਨੇ ਵੀ ਇਹ ਸੰਘਰਸ਼ ਜਿਹੜੇ ਬੰਦੇ ਫਿਰਦੇ ਆ ਇਹ ਲੀਡਰ ਨਾਲ ਬਣ ਜਾਣਾ, ਇਹ ਤਾਂ ਕਹਿੰਦੇ ਵੀ ਛੇਤੀ ਛੇਤੀ ਇਹਨਾਂ ਫੇਲ ਹੋਵੇ ਅਤੇ ਬੈਕ ਆ ਜਾਣ ਪੰਜਾਬ ਨੂੰ। ਜੀ ਬਾਈ ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਠੀਕ ਆ ਬਾਈ, ਧੰਨਵਾਦ।